ਭਾਜੀ ਤੁਸੀਂ ਜਿਹੜਾ ਹੁਣ ਤੁਹਾਡਾ ਆਸਟ੍ਰੇਲੀਆ ਦਾ ਟੂਰ ਸੀ ਤਿੰਨ ਮੇਰਾ ਖਿਆਲ ਟੂਰਨਾਮੈਂਟ ਹੋਏ ਨੇ ਦੋ ਦੇ ਤੁਸੀਂ ਬੈਸਟ ਹੋਏ ਹੋ ਬਹੁਤ ਤਕੜਾ ਤੁਹਾਡਾ ਟੂਰ ਯਾਨੀ ਕਿ ਟੂਰਨਾਮੈਂਟ ਗੁਜ਼ਰਿਆ ਪਾਕਿਸਤਾਨ ਹੀ ਤੁਸੀਂ ਕਿਉਂ ਨਹੀਂ ਖੇਡ ਰਹੇ ਇਹਦੀ ਕੀ ਵਜ੍ਹਾ ਹੈ ਜੀ ਕਿਉਂਕਿ ਜਿੰਨੇ ਵੀ ਪ੍ਰੇਮੀ ਨੇ ਸਾਡੇ ਕਬੱਡੀ ਨਾਲ ਜੁੜੇ ਉਹ ਇਹ ਗੱਲ ਯਾਨੀ ਕਿ ਸੁਣਨਾ ਚਾਹੁੰਦੇ ਨੇ ਕਿ ਅਸਲ ਵਜ੍ਹਾ ਕੀ ਅਸਲ ਗੱਲ ਕੀ ਜਿਹਦੀ ਵਜ੍ਹਾ ਤੋਂ ਤੁਸੀਂ ਪਾਕਿਸਤਾਨ ਦੇ ਮੈਚ ਨਹੀਂ ਖੇਡ ਰਹੇ ਜੀ ਕੋਈ ਨਹੀਂ ਪਿਛਲਾ ਸਾਲ ਲਾ ਲਓ ਬਹੁਤ ਮਸਰੂਫ ਬਹੁਤ ਬਿਜ਼ੀ ਗੁਜ਼ਰਿਆ ਮੇਰਾ ਤਕਰੀਬਨ ਸਾਰਾ ਸਾਲ ਰਿਹਾ ਹੀ ਮੈਂ ਬਾਹਰ ਹਾਂ ਇੱਕ ਦੋ ਮੈਚ ਜਿਹੜੇ ਵੱਡੇ ਸੀਗੇ ਜਿਵੇਂ ਸ਼ੋਅ ਮੈਚ ਲਾ ਲਓ ਉਹਨਾਂ 'ਚ ਆਇਆ ਸੀ ਬਾਕੀ ਨਹੀਂ ਖੇਡਣ ਦਿੱਤਾ ਕੁਛ ਇਸ਼ੂ ਨੇ ਸਾਡੇ ਕਾਫੀ ਚੱਲਦੇ ਨੇ ਉਹਨਾਂ ਦੀ ਵਜ੍ਹਾ ਤੋਂ ਨਹੀਂ ਖੇਡਿਆ ਅਤੇ ਐਤਕੀ ਖੇਡਣਾ ਸੀ ਮੇਰੇ ਸ਼ੋਲਡਰ ਨੂੰ ਥੋੜ੍ਹੀ ਖੇਸੀ ਲੱਗੀ ਤਾਂ ਕਰਕੇ ਮੈਂ ਨਹੀਂ ਖੇਡਿਆ ਗੁਰੂ ਨਾਨਕ ਜਿਹੜਾ ਕਮਾਲਪੁਰ ਕੱਪ ਹੋਇਆ ਉਹ ਤਾਂ ਕਰਕੇ ਨਹੀਂ ਮੈਂ ਖੇਡਣ ਦੇ ਇਨਸ਼ਾਅੱਲਾ ਖੇਡਣਾ ਸੀ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਦਿਹਾਤੀ ਟੈਲੈਂਟ ਪਾਕਿਸਤਾਨ ਮੈਂ ਤੁਹਾਡਾ ਆਪਣਾ ਹੋਸਟ ਖਾਲਿਦ ਹੁਸੈਨ ਨਾਜ਼ਰੀਨ ਅੱਜ ਸਾਡੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਕਬੱਡੀ ਪਲੇਅਰ ਹੀਰਾ ਬੱਟ ਸਾਡੇ ਨਾਲ ਮੌਜੂਦ ਨੇ ਜਿਹੜੇ ਦੁਨੀਆ ਦੇ ਸਟਾਰ ਨੇ ਇਕੱਲੇ ਪਾਕਿਸਤਾਨ ਦੇ ਨਹੀਂ ਦੁਨੀਆ ਦੇ ਸਟਾਰ ਨੇ ਅੱਜ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਔਰ ਕਬੱਡੀ ਕੈਰੀਅਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਅਸਲਾਮ ਵਾਲੇਕੁਮ ਜੀ ਹਾਂਜੀ ਵਾਲੇਕੁਮ ਸਲਾਮ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਤੁਸੀਂ ਭਾਜੀ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਕੀਮਤੀ ਵਕਤ 'ਚੋਂ ਟਾਈਮ ਦਿੱਤਾ ਜੀ ਆਵਾ ਮਿਹਰਬਾਨੀ ਭਾਜੀ ਕਬੱਡੀ ਦੀ ਸਟਾਰਟਿੰਗ ਕਿਵੇਂ ਕੀਤੀ ਤੁਸੀਂ ਕਬੱਡੀ ਦੀ ਸ਼ੁਰੂਆਤ ਕਿਵੇਂ ਕੀਤੀ ਕਬੱਡੀ ਸਟਾਰਟਿੰਗ ਇਦਾਂ ਜੀ ਮੇਰੇ ਉਸਤਾਦ ਖੇਡਦੇ ਸੀ ਮਾਮੂ ਵੀ ਨੇ ਤੇ ਸ਼ੁਰੂ ਤੋਂ ਉਹਨਾਂ ਵੀ ਰਿਹਾ ਮੈਂ ਤੇ ਉਹਨਾਂ ਦੇ ਨਾਲ ਗਰਾਊਂਡ ਤੋਂ ਲਾ ਜਾਂਦਾ ਸੀ ਤੇ ਇਸ ਵਜ੍ਹਾ ਤੋਂ ਸ਼ੌਕ ਪੈ ਗਿਆ ਤੇ ਖੇਡਣਾ ਉਤੋਂ ਸਟਾਰਟ ਕੀਤਾ ਭਾਈ ਕਿਹੜੇ ਸਨ ਤੁਸੀਂ ਕਬੱਡੀ ਸਟਾਰਟ ਕੀਤੀ ਜੀ ਸਨ ਤਾਂ ਨਹੀਂ ਏਡਾ ਪਤਾ ਇਹਦਾ ਪੜ੍ਹਦੇ ਸੀ ਪੰਜਵੀਂ ਛੇਵੀਂ ਦੇ ਵਿੱਚ ਉੱਥੋਂ ਹੀ ਗਰਾਊਂਡ ਜਾਣ ਲੱਗ ਪਏ ਪਤਾ ਨਹੀਂ ਲੱਗਾ ਜਦੋਂ ਹੌਲੀ ਹੌਲੀ ਖੇਡਣਾ ਸਟਾਰਟ ਹੋ ਗਏ ਇੱਦਾਂ ਜਾਈਦਾ ਉਸਤਾਦ ਹੋਣਾ ਮਾਮੂ ਰਾਣਾ ਗਰਾਊਂਡ ਜਾਣਾ ਮੈਚਾਂ 'ਤੇ ਚੱਲ ਜਾਣਾ ਟੂਰਨਾਮੈਂਟਾਂ 'ਤੇ ਇੱਦਾਂ ਆਸਤਾ ਸਮਝ ਲਓ ਜੀ ਸ਼ੁਰੂ ਤੋਂ ਜੀ ਉਹਦੇ ਹੋਸ਼ ਸੰਭਾਲੀ ਉਹਦੇ ਖੇਡਣ ਡੇ ਹਾਂ ਭਾਜੀ ਭਾਈ ਗੁਲਾਮ ਅਬਾਸ ਬੱਟ ਦਾ ਜ਼ਿਆਦਾ ਜ਼ੋਰ ਸੀ ਤੁਸੀਂ ਕਬੱਡੀ ਖੇਡੋ ਜਾਂ ਤੁਹਾਨੂੰ ਆਪ ਨੂੰ ਇੰਨਾ ਸ਼ੌਂਕ ਸੀ ਕਿ ਤੁਸੀਂ ਜਗ੍ਹਾ ਬਣਾ ਲਈ ਕਿ ਮੈਂ ਕਬੱਡੀ ਖੇਡਣੀ ਖੇਡਣੀ ਨਹੀਂ ਸ਼ੌਂਕ ਤਾਂ ਹੈਗਾ ਸੀ ਮੈਨੂੰ ਵੀ ਬਸ ਦੇਖਣ ਦੀ ਹੱਦ ਤੱਕ ਸੀ ਫਿਰ ਉਸਤਾਦ ਹੋਰਾਂ ਦੇ ਨਾਲ ਹੀ ਉਹਨਾਂ ਨੇ ਜ਼ੋਰ ਕਿਹਾ ਕਿ ਬਾਈ ਖੇਡ ਖੇਡ ਵੀ ਬਾਕੀ ਮੈਂ ਤਾਂ ਨਹੀਂ ਇੱਡੀ ਖੇਡਦਾ ਭਾਜੀ ਪਹਿਲਾ ਮੈਚ ਤੁਸੀਂ ਤਕੜਾ ਕਦੋਂ ਖੇਡਿਆ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਕਿ ਹੀਰਾ ਬੱਟ ਵੀ ਪਾਕਿਸਤਾਨ ਹੀ ਜਾ ਗਿਆ ਜੀ ਮੈਂ ਤਕਰੀਬਨ ਖੇਡਿਆ 12-13 ਹੀ ਖੇਡਿਆ ਬਾਹਰ ਇਟਲੀ ਮੇਰੇ ਉੱਥੋਂ ਦੇ ਪੇਪਰ ਬਣੇ ਆ ਫਿਰ 14 ਦੇ ਵਿੱਚ ਖੇਡਿਆ ਸੀ ਵਰਲਡ ਕਬੱਡੀ ਲੀਗ ਅਤੇ ਫਿਰ ਵਰਲਡ ਕੱਪ ਖੇਡਿਆ ਉੱਥੋਂ ਸਾਰਿਆਂ ਨੂੰ ਪਤਾ ਲੱਗਾ ਸਹੀ ਹੈ ਜੀ ਭਾਈ ਕੋਈ ਤੁਹਾਡਾ ਯਾਦਗਾਰ ਮੈਚ ਜਿਹੜਾ ਤੁਸੀਂ ਆਪਣੀ ਲਾਈਫ ਦੇ ਵਿੱਚ ਸਾਰੇ ਯਾਦਗਾਰ ਨੇ ਜਿਹੜਾ ਆਪਣੀ ਕੰਟਰੀ ਜਾਂ ਬੈਰੂਨੀ ਮੁਲਕ ਤੁਸੀਂ ਖੇਡਿਆ ਹੋਏ ਬਹੁਤ ਤਕੜਾ ਮੈਚ ਜਿਹੜਾ ਨਾ ਭੁੱਲ ਸਕਿਆ ਤਕਰੀਬਨ ਸਾਰੇ ਜ਼ਿਆਦਾਤਰ ਮੈਚ ਯਾਦਗਾਰ ਹੀ ਨੇ ਮੇਰੇ ਅਤੇ ਅੱਲਾਹ ਪਾਕ ਨੇ ਹਰ ਜਗ੍ਹਾ ਇੱਜ਼ਤ ਦਿੱਤੀ ਕਿ ਮਾੜਾ ਨਹੀਂ ਖੇਡਿਆ ਹੈ ਅਤੇ ਸਾਰੇ ਚੰਗੇ ਨੇ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਗਏ ਹੋ ਜੀ ਤਕਰੀਬਨ ਯੂਰਪ ਸਾਰੇ 'ਚ ਮੈਂ ਗਿਆ ਹਾਂ 5 ਮੁਲਕ ਨੇ ਯੂਰਪ ਦੇ ਤਕਰੀਬਨ 10-12 'ਚ ਹੋ ਆਇਆ ਮੈਂ ਕਬੱਡੀ ਦੇ ਹਵਾਲੇ ਨਾਲ ਆਸਟ੍ਰੇਲੀਆ ਵੀ ਹੋਇਆ ਕੈਨੇਡਾ ਵੀ ਹੋਇਆ ਇੰਡੀਆ ਵੀ ਹੋਇਆ 5-7 ਓਵਰ ਇੰਡੀਆ ਦੇ ਆ ਕਿਹੜੀ ਧਰਤੀ 'ਤੇ ਜ਼ਿਆਦਾ ਤੁਹਾਨੂੰ ਪਿਆਰ ਮਿਲਿਆ ਪਿਆਰ ਦੇਖੋ ਜੀ ਹਰ ਜਗ੍ਹਾ ਪੰਜਾਬੀ ਨੇ ਪੰਜਾਬੀ ਕਰਾਉਂਦੇ ਨੇ ਕਬੱਡੀ ਪੰਜਾਬੀਆਂ ਨੂੰ ਸ਼ੌਕ ਏ ਇਹਨਾਂ ਦੀ ਮਾਂ ਖੇਡ ਕਬੱਡੀ ਲਾ ਲਓ ਜੀ ਸਾਡੀ ਕਬੱਡੀ ਏ ਅਤੇ ਜਿੱਥੇ ਵੀ ਪੰਜਾਬੀ ਟੱਕਰਦੇ ਨੇ ਸਾਰੇ ਪਿਆਰ ਕਰਦੇ ਨੇ ਜਿੰਨੇ ਵੀ ਜੀ ਖੇਡ ਦੇਖੋ ਹੈ ਹੀ ਪਿਆਰ ਬਾਂਟਣ ਦਾ ਜ਼ਰੀਆ ਹੈ ਕਬੱਡੀ ਵਾਲੇ ਜੀ ਕੋਈ ਵੀ ਸਪੋਰਟਸਮੈਨ ਲਾ ਲਓ ਅਤੇ ਸਾਰੇ ਪਿਆਰ ਕਰਦੇ ਆ ਭਾਈ ਤੁਸੀਂ ਜਿੰਨੇ ਪ੍ਰੇਮੀ ਨੇ ਸਾਡੇ ਕਬੱਡੀ ਦੇ ਤੁਸੀਂ ਸਾਰਿਆਂ ਦੇ ਫੇਵਰੇਟ ਖਿਲਾੜੀ ਹੋ ਲੇਕਿਨ ਤੁਹਾਡਾ ਫੇਵਰੇਟ ਖਿਲਾੜੀ ਪਾਕਿਸਤਾਨ ਜਾਂ ਇੰਡੀਆ ਦੁਨੀਆ 'ਤੇ ਕਿਹੜਾ ਹੋਇਆ ਜੀ ਮੈਂ ਦੇਖੋ ਜੀ ਸ਼ੁਰੂ ਤੋਂ ਉਸਤਾਦ ਆਪਣੇ ਦੀ ਕਬੱਡੀ ਦੇਖਦਾ ਰਿਹਾ ਜਦੋਂ ਇਹਨਾਂ ਬਾਹਰ ਜਾਣਾ ਕੈਨੇਡਾ ਲਾਉਣ ਜਾਣਾ ਇੰਗਲੈਂਡ ਜਾਣਾ ਇਹਨਾਂ ਉੱਥੋਂ ਸੀੜੀਆਂ ਪਹਿਲਾਂ ਆਉਂਦੀਆਂ ਹੁੰਦੀਆਂ ਸੀ ਹਾਂਜੀ ਉਹ ਦੇਖੀਦੀਆਂ ਸੀ ਅਸੀਂ ਅਤੇ ਮੇਰੀ ਤਾਂ ਖੁਆਇਸ਼ ਇਹੀ ਕਿ ਮੈਂ ਆਪਣੇ ਉਸਤਾਦ ਵਰਗਾ ਬਣਾ ਅਤੇ ਉਹਨਾਂ ਨੂੰ ਦੇਖ ਦੇਖ ਕੇ ਬਸ ਖੇਡਦਾ ਸਹੀ ਹੈ ਪਹਿਲਾ ਟੂਰ ਤੁਹਾਡਾ ਕਿਹੜੇ ਸਨ ਦਾ ਜੀ ਮੈਂ 2012 'ਚ ਗਿਆ ਸੀ ਬਾਹਰ ਇਟਲੀ ਕਿੰਨੇ ਵਾਰੀ ਬੈਸਟ ਹੋਇਆ ਜੀ ਤੁਸੀਂ ਬੈਸਟ ਦੇਖ ਲਓ ਜੀ ਮੈਂ 8 ਟੂਰਨਾਮੈਂਟ ਖੇਡੇ 6-7 'ਚ ਮੈਂ ਹੀ ਬੈਸਟ ਹੋਇਆ ਮਾਸ਼ਾਅੱਲਾ ਹਾਂਜੀ ਭਾਈ ਜੋਬ ਹੈ ਤੁਹਾਡੀ ਜੋਬ ਹੈਗੀ ਮੇਰੀ ਪਾਕਿਸਤਾਨ ਦੇ ਵਿੱਚ ਹਾਂਜੀ ਮੈਂ ਆਰਮੀ ਦੇ ਤਰਫੋਂ ਖੇਡਦਾ ਪਾਕ ਆਰਮੀ ਦਾ ਹੁਣ ਆਰਮੀ ਤੁਸੀਂ ਹੋ ਗਏ ਹੋ ਜੀ ਹਾਂਜੀ ਮੈਂ 4 ਸਾਲ ਹੋ ਚੱਲੇ ਕੰਟਰੈਕਟ ਤੇ ਅੱਛਾ ਜੀ ਯਾਨੀ ਕਿ ਕੋਈ ਨੈਸ਼ਨਲ ਵਗੈਰਾ ਤੇ ਨਜ਼ਰ ਨਹੀਂ ਆਇਆ ਤੁਸੀਂ ਨੈਸ਼ਨਲ ਗਿਆ ਸੀ ਮੈਂ ਖੇਡਣ ਬਾਕੀ ਕੁਛ ਇਸ਼ੂਆਂ ਦੀ ਵਜ੍ਹਾ ਤੋਂ ਮੈਂ ਨਹੀਂ ਖੇਡਿਆ ਆਇਆ ਸੀ ਬਾਹਰੋਂ ਹੀ ਆਇਆ ਸੀ ਮੈਂ ਇਟਲੀ ਸੀ ਉਦੋਂ ਤੇ ਫਿਰ ਨੈਸ਼ਨਲ ਹੋਣੀ ਸੀ ਤੇ ਫਿਰ ਗੱਲ ਹੋਈ ਅਫਸਰਾਂ ਨਾਲ ਉਹਨਾਂ ਕਿ ਆ ਜਾਓ ਤੁਸੀਂ ਖੇਡੋ ਭਾਜੀ ਤੁਸੀਂ ਜਿਹੜਾ ਹੁਣ ਤੁਹਾਡਾ ਆਸਟ੍ਰੇਲੀਆ ਦਾ ਟੂਰ ਸੀ ਤਿੰਨ ਮੇਰਾ ਖਿਆਲ ਟੂਰਨਾਮੈਂਟ ਹੋਏ ਨੇ ਦੋ ਦੇ ਤੁਸੀਂ ਬੈਸਟ ਹੋਏ ਹੋ ਬਹੁਤ ਤਕੜਾ ਤੁਹਾਡਾ ਟੂਰ ਯਾਨੀ ਕਿ ਟੂਰਨਾਮੈਂਟ ਗੁਜ਼ਰਿਆ ਪਾਕਿਸਤਾਨ ਹੀ ਤੁਸੀਂ ਕਿਉਂ ਨਹੀਂ ਖੇਡ ਰਹੇ ਇਹਦੀ ਕੀ ਵਜ੍ਹਾ ਹੈ ਜੀ ਕਿਉਂਕਿ ਜਿੰਨੇ ਵੀ ਪ੍ਰੇਮੀ ਨੇ ਸਾਡੇ ਕਬੱਡੀ ਨਾਲ ਜੁੜੇ ਉਹ ਇਹ ਗੱਲ ਯਾਨੀ ਕਿ
सुनना चाहते हैं कि असल वजह की असल गल की जिंदी वजह तुम पाकिस्तान के मैच नहीं खेल रहे जी। कोई नहीं, पिछला साल ला लो बहुत मसरूफ बहुत बिजी गुजरा मेरा तकरीबन सारा साल रहा ही मैं बाहर। एक दो मैच जोड़े व्डे जिम्मे शो मैच ला लो उन्हें आया से बाकी नहीं खेलन दिता कुछ इशू ने साढ़े काफ़ी चलते ने उन्होंने वजह तो नहीं खेलिया तो ऐतकी खेलना सी मेरे शोल्डर थोड़ी खेसी लगी करके मैं नहीं खेलिया। गुरु नानक जी जो कमालपुर कप होया करके नहीं मैं खेडन दे इंशाला खेलना सी अगू जो आन के इंशाला खेलेंगे मैच। भाजी जो कबड्डी प्रेमी ने उन्होंने तुम ये दसो कि अगर हीरा बट बनना हो खुराक खानी पैंती नैचुरल खुराक खुराक यही जो कोई लभे घर या कोई बिस्मिल्लाह पढ़ के खा लो खुराक यही कुछ नहीं देसी साढ़े घर तकरीबन सारे देसी जनाब खाई दी दुद्ध घ्यो वगैरह तो हर घर माशाल्लाह जो कबड्डी समझदा खेलना चाहता उन्होंने इन्ना तो सारा इलम हों। भाजी अगर मेडिसन के हवाले गल करिए तो मेडिसन जो खिलाड़ी यूज़ कर रहे हैं वो ठीक कर रहे हैं या नहीं कर रहे? नहीं देखो जी मेडिसन तो नुकसान तो है ना एक चीज़ का जिमें भी ला लो देसी खुराक जी वो देसी ही है बाकी मेडिसन का तकरीबन बहुत ज़्यादा नुकसान है। मैं तो नहीं किसी मशवरा दाँगा कोई यूज़ करे तो ना ही करनी चाहिए बाकी बहुत काफ़ी लड़के ने पहला तो नहीं हूँ काफ़ी लड़के ने जोड़े हूँ यूज़ कर लग पे ने बस देखो जी दुनिया है सारे जिन्हें भी मुंडे ने कोई भी काम ला लो सारे बंदे शार्टकट लभदे आ तो शार्टकट च नुकसान भी बहुत है तो मैं नहीं चाहवागा कि कोई भी मेरा फैन या जो मैनू प्यार करता या मैनू कोई फॉलो करता मैं नहीं उन्होंने मशवरा दाँगा कोई मेडिसन की तरफ जाए देसी खुराक खावे दुद्ध घ्यो गोश्त वगैरह देसी मेहनत करे ग्राउंड की जिम भी ज़्यादा मैं ना करे ग्राउंड की ट्रेनिंग करे तो अपना उस्तादा का ताबेदार बने जी माँ प्यो का फर्मा बरदार बने अल्लाह पाक खैर करे। भाई तुम जिम ट्रेनिंग ज़्यादा करते हो या ग्राउंड ट्रेनिंग फिजिकल ट्रेनिंग ज़्यादा कर? जिम मैं नहीं की ज़्यादा मैं ग्राउंड की कीती है ग्राउंड की भी यह की खेले हैं ज़्यादा नैट प्रैक्टिस जिम्मे अपना वड्डियां पानियां जाफी खिलार के यही ज़्यादा कर दी साढ़े कोई भी मुंडा इतने आता साढ़े क्लब ज़्यादातर यही प्रैक्टिस होंगी है ना जिम नूं कहीदा ना दूसरी प्रैक्टिस ज़्यादा होंगी ज़्यादातर खेडन की प्रैक्टिस होंगी है रोज़ाना खेलना बंदा एक बार गलती करता दो बारी करता सीख ही जाता कोई ना कोई उन्होंने सीख नहीं लगता खेड के अजे मैं दो साल हो गए करोना आया से बंदा नहीं बाहर अंदर जाता वो फिर जिम च चल जाता है ग्राउंड नहीं इन्ना जाना फिर जिम च थोड़ी टाइम किया बाकी मेरा नहीं लगता जिम के ग्राउंड की ट्रेनिंग बेस्ट है जिम ना। भाजी काफ़ी प्लेयर ने जो जिन्हें गेम पिछे चली जाती यानी कि अगे नहीं आते शो नहीं आते कहते भी सियासत आ गए बंद सियासत कर लग पे उन्होंने की मैसेज नहीं सियासत एड्डी कोई भी नहीं जी बंदे आप गलत होंगे उन्होंने अपन कई गलतियां ने देखो जी कोई भी गल एक दे लड़ लग जाओ जो बंदा दो कश्तियाँ सवार हो तो फिर डुबना ही होंदा कि एक दा हो जाओ अल्लाह पा खैर करेगा तो गलत फहमियाँ होंगे लोग इंतजार फैलाते जी सानू फलाने सियासत नज़र करता फलाने हालांकि वो अपन गलतियाँ होंगे तो आपस गलत होंदा अपने आप नहीं गलत होंदा। भाई तुसी दुनिया के स्टार हो तुहाडे कोल एक गल पुछना चाहते हैं भी तुसी इंडिया या पाकिस्तान के तुहाडे किहड़े प्लेयर फेवरेट होए ने जिहड़े हुण खेड रहे हैं मौजूदा जिहड़ी कबड्डी साडी चल रही है? कबड्डी देखो जी कबड्डी तो सारे खेडी है मैं कहना बंदा इंसान अच्छा होना चाहिए तो इंसान देखो मैं भाई खुशी लगा बड़ा वधिया बंदा मिलन वरतन वाला वा मिलन सारे बहुत हस खेड के मिलता सारे बंदे चंगे आ सारे खुश होकर मिलते हैं बाकी दिल में भाई खुशी लगा वधिया बंदा। भाजी तुम बहुत ज़्यादा मैच खेडे हो बैरूने मुल्क पाकिस्तान के बहुत ज़्यादा मैच खेडे हो कोई ऐसा मैच यादगार जिहड़ा यानी कि भुलदा नहीं तुहानू बाकी तुम काफ़ी मैच बेस्ट भी हो मैच तो सारे यादगार ने लेकिन कोई ऐसा मैच मैच मैं तो इन्ना नहीं याद है बस आप खेली दिए याद नहीं एडा रखी चंगा खेडिए सगो भुला दीदा माड़ा खेडिए याद रखी जेहन चंगा खेड के तो भुला दीदा एवं जेहन पिया घूमता रहा। भाई जिहड़े कबड्डी प्रेमी ने उन्होंने ये दसो कि तुसी कबड्डी वापसी कदों कर रहे हो पाकिस्तान दे विच पहला मैच कदों खेड रहे हो? हूँ इंशाला जी मैच हैगा खेलांगे मैं दस्या तुहानू थोड़ी मेरे शोल्डर नूं खेई सी तां करके नहीं खेडिया इंशाला जिहड़ा मैच आएगा इंशाला साडे क्लब दी तरफ खेलांगे जरूर खेलांगे। जिहड़े यंग जनरेशन ने साडे कबड्डी लवर ने यंग जनरेशन जिन्होंने हुण कबड्डी स्टार्ट कीती उन्हां वास्ते तुहाडा की पैगाम है जी? पैगाम इह है जी मेहनत करना अपना तुन अगे पहला तो देखो जी कबड्डी एड्डी नहीं सी आया पैसे बच्चे नहीं सी आया बंदे गरीब घर के बच्चे सारे खेडते ही
ਕਿ ਇਹਨੂੰ ਸੱਟਾਂ ਲੱਗ ਜਾਂਦੀਆਂ ਸੀ ਉਹ ਫਿਰ ਕਈ ਘਰ ਦੇ ਡਰ ਜਾਂਦੇ ਸੀ ਕਈ ਨਹੀਂ ਕਹਿੰਦੇ ਕਿ ਕਬੱਡੀ ਨਾ ਖੇਡੋ ਹੁਣ ਕਬੱਡੀ ਦੇਖੋ ਜੀ ਬਹੁਤ ਪੈਸਾ ਆ ਗਿਆ ਕਬੱਡੀ ਬਹੁਤ ਉੱਤੇ ਚਲੇਗੀ ਮੈਂ ਤਾਂ ਸਾਰਿਆਂ ਨੂੰ ਮਸ਼ਵਰਾ ਦੇਵਾਂਗਾ ਖੇਲਣ ਕਬੱਡੀ ਨੂੰ ਮਾਸ਼ਾਅੱਲਾ ਜਿੰਨੇ ਵੀ ਖੇਡਦੇ ਨੇ ਹੋਰ ਮਿਹਨਤ ਕਰਨ ਦੇ ਲਾ ਕੇ ਅਤੇ ਇਨਸ਼ਾਅੱਲਾ ਅੱਛੀ ਤਰ੍ਹਾਂ ਜਾਣਗੇ ਬਹੁਤ ਸ਼ੁਕਰੀਆ ਜੀ ਨਾ ਕੋਈ ਨਾਜ਼ਰੀਨ ਇਹ ਸੀ ਭਾਈ ਹੀਰਾ ਬੱਟ ਅਗਲੀ ਵੀਡੀਓ ਨਾਲ ਮੁਲਾਕਾਤ ਕਰਾਂਗੇ ਅੱਲਾਹ ਹਾਫਿਜ਼।